ਆ ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਅੱਤਵਾਦ ਦੀ ਸਰਕਾਰ 'ਚ। ਆ ਦੇਖੋ ਜੀ ਪਾਣੀ ਪਾਣੀ ਹੋ ਗਿਆ, ਨਜ਼ਾਰੇ ਆ ਗਏ, ਨਜ਼ਾਰੇ ਜੀ ਨਜ਼ਾਰੇ। ਇਹ ਕਦੇ ਸੋਚਿਆ ਨਹੀਂ ਜੀ ਵੀ ਸਾਨੂੰ ਮਾਨ ਪਾਣੀ ਪਹੁੰਚਾ ਦੂਗਾ ਉਰੇ, ਅਸੀਂ ਤਾਂ ਮਾਨ ਦੀ ਫੋਟੋ ਲਾਈ ਆ ਜੀ ਉਰੇ, ਆਹ ਟੇਲ 'ਤੇ ਖੜਾ ਜੀ ਸਾਡੇ ਲਵੇ, ਹੁਣ ਪਾਣੀ ਪਹੁੰਚ ਰਿਹਾ ਜੀ, ਬਹੁਤ ਖੁਸ਼ੀਆਂ ਨੇ ਸਾਨੂੰ ਜੀ, ਪਾਣੀ ਸਾਡੇ ਲਵੇ ਬੜਾ ਚਾਓ ਚੜ ਰਿਹਾ ਜੀ, ਵੀ ਮਾਨ ਸਿੰਘ ਦੀ ਖੁਸ਼ੀ 'ਚ ਵੀ ਸਾਡੇ ਲਵੇ ਵਧੀਆ ਪਾਣੀ ਆ ਰਿਹਾ ਜੀ। ਦੇਖੋ ਜੀ ਹੁਣ ਪਾਣੀ ਦੇ ਨਜ਼ਾਰੇ ਆ ਰਹੇ ਨੇ ਜੀ, ਆਹ ਦੇਖੋ ਭਗਵੰਤਮਾਨ ਦੇ ਸਰਕਾਰ ਦੇ ਵਿੱਚ ਸਾਨੂੰ ਪਾਣੀ ਮਿਲ ਰਿਹਾ ਜੀ, ਪਹਿਲਾਂ 30 ਸਾਲ ਹੋ ਗਏ ਜੀ ਕਿਤੇ ਪਾਣੀ ਨਹੀਂ ਸਾਡੇ ਲਵੇ ਪਹੁੰਚਿਆ ਜੀ, ਆਹ ਹੁਣ ਦੇਖੋ ਜੀ ਸੂਏ ਪੱਕੇ ਕਰਤੇ ਜੀ ਉਹਦੇ, ਉਹਨੇ ਆਪਣੀ ਸਰਕਾਰ 'ਚ ਸਾਡੇ ਲਵੇ ਹੁਣ ਪਾਣੀ ਪਹੁੰਚ ਗਿਆ ਜੀ, ਨਜ਼ਾਰੇ ਆ ਰਹੇ ਨੇ ਜੀ ਸਾਡੇ ਕੋਲ, ਹੁਣ ਕੋਈ ਅਸੀਂ ਦਿਨ ਦਿਨ ਪਾਣੀ ਲਾ ਕੇ ਆਪਣੇ ਘਰੇ ਜਾ ਵੜਦੇ ਹਾਂ ਜੀ, ਸਾਨੂੰ ਕੋਈ ਉਹ ਨਹੀਂ ਹੈਗਾ ਅੱਗੇ ਨਹੀਂ ਮੱਛਰ ਖਾਈ ਜਾਂਦਾ ਜੀ ਰਾਤਾਂ ਨੂੰ, ਕਿਤੇ ਰਾਤਾਂ ਨੂੰ 12 ਵਜੇ ਕਦੇ 1 ਵਜੇ ਆ ਜਾਓ ਜੀ, ਚਾਹੇ 3 ਵਜੇ ਆ ਜਾਓ, ਕਿ ਲਾਈਟਾਂ ਬਹੁਤੇ ਫਰੀ ਜਾਂਦੇ, ਤੇ ਆਹ ਦੇਖੋ ਜੀ ਭਗਵੰਤਮਾਨ ਦੀ ਸਰਕਾਰ 'ਚ ਦੇਖੋ ਜੀ ਪਾਣੀ ਉਹ ਪਾਣੀ ਕਰ ਰੱਖਿਆ, ਹਾਂ ਦੇਖ ਖੜਾ ਜੀ ਪਾਣੀ ਉਹ ਪਾਣੀ ਚੱਲੇ ਚੱਲ, ਆ ਕਹਾਂ ਹੁਣ ਮੱਕੀਆਂ ਭਰ ਦਾਂਗੇ ਜੀ ਇੱਧਰ, ਆਹ ਜੀਰੀ ਹੁਣ ਝੋਨੇ ਲਾਉਣੇ ਸ਼ੁਰੂ ਕਰ ਦੇਣੇ ਜੀ। ਹਾਂਜੀ ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਭਗਵੰਤਮਾਨ ਦੀ ਸਰਕਾਰ 'ਚ, ਆਹ ਦੇਖੋ ਜੀ ਪਾਣੀ ਉਹ ਪਾਣੀ ਹੋ ਗਿਆ, ਨਜ਼ਾਰੇ ਆ ਗਏ, ਨਜ਼ਾਰੇ ਨਜ਼ਾਰੇ ਜੀ ਨਜ਼ਾਰੇ। ਇਹ ਕਦੇ ਸੋਚਿਆ ਨਹੀਂ ਜੀ ਵੀ ਸਾਨੂੰ ਮਾਨ ਪਾਣੀ ਪਹੁੰਚਾ ਦੂਗਾ ਉਰੇ, ਅਸੀਂ ਤਾਂ ਮਾਨ ਦੀ ਫੋਟੋ ਲਾਈ ਆ ਜੀ ਉਰੇ, ਆਹ ਟੇਲ 'ਤੇ ਖੜਾ ਜੀ ਸਾਡੇ ਲਵੇ, ਹੁਣ ਪਾਣੀ ਪਹੁੰਚ ਰਿਹਾ ਜੀ, ਬਹੁਤ ਖੁਸ਼ੀਆਂ ਨੇ ਸਾਨੂੰ ਜੀ, ਪਾਣੀ ਸਾਡੇ ਲਵੇ ਬੜਾ ਚਾਓ ਚੜ ਰਿਹਾ ਜੀ, ਵੀ ਮਾਨ ਸਿੰਘ ਦੀ ਖੁਸ਼ੀ 'ਚ ਵੀ ਸਾਡੇ ਲਵੇ ਵਧੀਆ ਪਾਣੀ ਆ ਰਿਹਾ ਜੀ। ਦੇਖੋ ਜੀ ਹੁਣ ਪਾਣੀ ਦੇ ਨਜ਼ਾਰੇ ਆ ਰਹੇ ਨੇ ਜੀ, ਆਹ ਦੇਖੋ ਭਗਵੰਤਮਾਨ ਦੇ ਸਰਕਾਰ ਦੇ ਵਿੱਚ ਸਾਨੂੰ ਪਾਣੀ ਮਿਲ ਰਿਹਾ ਜੀ, ਪਹਿਲਾਂ 30 ਸਾਲ ਹੋ ਗਏ ਜੀ ਕਿਤੇ ਪਾਣੀ ਨਹੀਂ ਸਾਡੇ ਲਵੇ ਪਹੁੰਚਿਆ ਜੀ, ਆਹ ਹੁਣ ਦੇਖੋ ਜੀ ਸੂਏ ਪੱਕੇ ਕਰਤੇ ਜੀ ਉਹਦੇ, ਉਹਨੇ ਆਪਣੀ ਸਰਕਾਰ 'ਚ ਸਾਡੇ ਲਵੇ ਹੁਣ ਪਾਣੀ ਪਹੁੰਚ ਗਿਆ ਜੀ, ਨਜ਼ਾਰੇ ਆ ਰਹੇ ਨੇ ਜੀ ਸਾਡੇ ਕੋਲ, ਹੁਣ ਕੋਈ ਅਸੀਂ ਦਿਨ ਦਿਨ ਪਾਣੀ ਲਾ ਕੇ ਆਪਣੇ ਘਰੇ ਜਾ ਵੜਦੇ ਹਾਂ ਜੀ, ਸਾਨੂੰ ਕੋਈ ਉਹ ਨਹੀਂ ਹੈਗਾ ਅੱਗੇ ਨਹੀਂ ਮੱਛਰ ਖਾਈ ਜਾਂਦਾ ਜੀ ਰਾਤਾਂ ਨੂੰ, ਕਿਤੇ ਰਾਤਾਂ ਨੂੰ 12 ਵਜੇ ਕਦੇ 1 ਵਜੇ ਆ ਜਾਓ ਜੀ, ਚਾਹੇ 3 ਵਜੇ ਆ ਜਾਓ, ਕਿ ਲਾਈਟਾਂ ਬਹੁਤੇ ਫਰੀ ਜਾਂਦੇ, ਤੇ ਆਹ ਦੇਖੋ ਜੀ ਭਗਵੰਤਮਾਨ ਦੀ ਸਰਕਾਰ 'ਚ ਦੇਖੋ ਜੀ ਪਾਣੀ ਉਹ ਪਾਣੀ ਕਰ ਰੱਖਿਆ, ਹਾਂ ਦੇਖ ਖੜਾ ਜੀ ਪਾਣੀ ਉਹ ਪਾਣੀ ਚੱਲੇ ਚੱਲ, ਆ ਕਹਾਂ ਹੁਣ ਮੱਕੀਆਂ ਭਰ ਦਾਂਗੇ ਜੀ ਇੱਧਰ, ਆ ਜੀਰੀ ਹੁਣ ਝੋਨੇ ਲਾਉਣੇ ਸ਼ੁਰੂ ਕਰ ਦੇਣੇ ਜੀ। ਹਾਂਜੀ ਦੇਖੋ ਜੀ ਹੁਣ ਆਉਣ ਲੱਗਾ ਜੀ ਪਾਣੀ, ਆਹ ਦੇਖੋ ਜੀ ਸਾਡੇ ਦਾ ਸੂਏ ਹੁਣ ਚੱਲਣ ਲੱਗੇ, 30 ਸਾਲ ਬਾਅਦ ਸਾਡੇ ਲਵੇ ਪਾਣੀ ਪਹੁੰਚਿਆ ਜੀ, ਆਹ ਦੇਖੋ ਜੀ ਮੱਕੀਆਂ ਭਰੀਆਂ ਨੇ ਇਹਦੇ ਨਾਲ ਜੀ, ਆਹ ਹੁਣ ਸਾਡੇ ਪਾਣੀ ਫੁੱਲ ਆ ਰਿਹਾ ਜੀ।